दस भाना सिद्धू, दस लखा सधाना, दस दीप सिद्धू और पैदा हो जाएंगे। ਪੰਜਾਬੀਆਂ ਦੇ ਹੱਕ ਵਿੱਚ ਖੜ ਗਈ ਸਾਧਵੀ ਦੇਵਾ ਠਾਕਰ, ਗੁੱਸੇ ਵਿੱਚ ਕਹਿਤੀਆਂ ਵੱਡੀਆਂ ਗੱਲਾਂ, ਕਹਿੰਦੀ ਮਾਨ ਸਾਹਿਬ ਪੰਜਾਬ ਹੁਣ ਖਾਲੀ ਹੋ ਗਿਆ, ਜਿਸ ਪੰਜਾਬ ਦੇ ਲੋਕ ਗਰਵ ਕਰਦੇ ਸੀ ਆਪਣੇ ਖਾਣੇ 'ਤੇ, ਆਪਣੀ ਬੋਲੀ 'ਤੇ, ਆਪਣੇ ਪਹਿਰਾਵੇ 'ਤੇ, ਰਹਿਣ ਸਹਿਣ ਖਤਮ ਹੋ ਗਿਆ। ਪੰਜਾਬ ਦੀ ਬੋਲਬਾਣੀ ਵਿਰਾਸਤ ਸਿਆਸਤਦਾਨਾਂ ਨੇ ਮਾਰਤਾ, ਪੰਜਾਬ ਨੂੰ ਖਤਮ ਕਰਨ ਦਾ ਟੈਂਡਰ ਉਠਾ ਲਿਆ। ਕਿਉਂ ਤੁਸੀਂ ਪੰਜਾਬੀਅਤ ਨੂੰ ਖਤਮ ਕਰਨ 'ਤੇ ਉਤਰੇ ਹੋ? ਕਿਉਂ ਪੰਜਾਬ ਦੀ ਮਰਿਆਦਾ ਨੂੰ ਖਤਮ ਕਰ ਰਹੇ ਹੋ? ਉਹ ਜੱਟ ਭਾਨਾ ਸਿੱਧੂ ਜੇ ਚੰਗਾ ਕੰਮ ਕਰਦਾ ਸੀ ਤੁਹਾਨੂੰ ਪਚਿਆ ਨਹੀਂ, ਰਾਸਤੇ ਦੇ ਵਿੱਚ ਕਾਟਾ ਸੀ, ਹਟਾ ਤਾਂ ਤੁਸੀਂ ਜੇਲ੍ਹਾਂ ਭੇਜ ਭੇਜ ਕੇ ਮੁਕੱਦਮੇ ਕਰਵਾ ਰਹੇ ਹੋ ਤੁਸੀਂ। ਸਾਧਵੀ ਠਾਕਰ ਕਹਿੰਦੀ ਇਹਨਾਂ ਦੀਆਂ ਆਵਾਜ਼ਾਂ 'ਚ ਦਮ ਹੈ, ਇਹ ਸਿਰ ਕੱਟੇ ਤਾਂ ਜਾਣਗੇ ਪਰ ਝੁਕਦੇ ਨਹੀਂ, ਇਹੋ ਜਿਹੇ ਸਿਰ ਫਿਰ ਉੱਠਣਗੇ। ਦਸ ਭਾਨਾ ਸਿੱਧੂ, ਦਸ ਲੱਖਾਂ ਸਧਾਣਾ, ਦਸ ਦੀਪ ਸਿੱਧੂ ਹੋਰ ਪੈਦਾ ਹੋਣਗੇ। ਆ ਜਿਹੜੇ ਜੱਟਾਂ ਅਤੇ ਸਿੱਖਾਂ ਖਿਲਾਫ਼ ਗਲਤ ਬਿਆਨ ਦੇ ਰਹੇ ਨੇ, ਮਰਿਆਦਾ ਨੂੰ ਭੰਗ ਕਰ ਰਹੇ ਨੇ, ਉਹਨਾਂ ਨੂੰ ਕੋਈ ਕੇਸ ਨਹੀਂ ਤੁਸੀਂ ਪਾਉਂਦੇ ਅਤੇ ਨਾ ਹੀ ਉਹਨਾਂ ਨੂੰ ਤੁਸੀਂ ਜੇਲ੍ਹ ਭੇਜਦੇ ਹੋ। ਜਿਹੜੇ ਜੱਟਾਂ ਅਤੇ ਸਿੱਖਾਂ ਦੇ ਖਿਲਾਫ਼ ਮਾੜਾ ਬੋਲਦੇ ਨੇ, ਮਾੜੀ ਬਿਆਨਬਾਜ਼ੀ ਸੋਸ਼ਲ ਮੀਡੀਆ 'ਤੇ ਕਰਦੇ ਨੇ, ਹੋਰ ਵੀ ਕਾਫ਼ੀ ਕੁਛ ਬੋਲੀ ਸਾਧਵੀ ਦੇਵਾ ਠਾਕਰ। ਅਤੇ ਤੁਹਾਡੀ ਕੀ ਰਾਏ ਇਸ ਖਬਰ ਦੇ ਬਾਰੇ? ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ। ਧੰਨਵਾਦ।